जय साईं जी दी, जय बाबा मुराद शाह वली जी। रब एक, जय साईं जी। 786 SA ऑफिशियल चैनल दे नाल जुड़ी हुई हर नेक रूह नूं सलाम है, निघा स्वागत है। बाबे उदा तई चढ़दी कला च रखण। जे चैनल ते पहली बारी आए हैं तां चैनल नूं सबसक्राइब करो ते बैल आइकन जरूर दबाओ तां कि तुहानूं आउण वाली वीडियो दी जो अपडेट है वो मिलती रहे जी। सो बाबे ओ साईं जी ने बाबा लाडी शाह सरकार ऐसे फकीर सी कि झोड़ी खैर कोल बुला के पा देनी। उन्हां दी नज़र सिर्फ उन्हां ते नहीं रहिंदी सी जिहड़ा दरबार आउंदा सी, उन्हां दी नज़र उस ते वी रहिंदी सी बाबा जी जिहड़े जिहदे झोड़ी खैर लिखी सी इत्थों पौणी, वी दाता जी दे कोलों खैर पैणी आ। असीं 2-4 हज़ार बेली सी, साडी गड्डी किते खड़ी सी गैरेज च सीगा, ते नाभे रोड नूं जांदे आ उह गैरेज। उहदा नाम वी मुंडे दा गुल्ला आ। उहने गल सुणाई क्योंकि साईं जी दी गल चल पई, जदों उत्थे उहने देखिआ उह गल गुल सुणाउण लग पिआ। कहिंदा भाजी साडे मुंडा सी इक, साडा यार बेली सी, मित्र सी, पर बिलोंग करदा सी सरदार फैमिली तों, ते बाहरों आया होया सी, मतलब उहदे फैमिली सारी बाहर सी, उह कल्ला इत्थे सी। वो पता नहीं कहिंदा की होया की नहीं होया, उहदे ना जिद्दां उहने दस्सिआ कि जिद्दां उहदे शरीर च ना ब्लड दी कमी हो गई सी। मेरे अकॉर्डिंगली इहनूं मैडिकल च अनीमिक कहिंदे आ, अनीमिया सीगा उहनूं मुंडे। ते कहिंदे कि उहनूं होया थोड़े टाइम च, कोई इह नहीं सी कि पहलां सीगा जां बाद सीगा। इहदे विच की हुंदा बाबे, उह इहदे च की हुंदा कि साडे जिहड़े आर्टरीज आ ना जिहड़ियां साडियां, ਉਹਦੇ 'ਚ ਖੂਨ ਦੀ ਜਿੱਦਾਂ ਕਮੀ ਹੋ ਜਾਂਦੀ ਆ ਸਾਡੀ ਬੋਡੀ ਦੇ ਵਿੱਚ, ਜਿੱਦਾਂ ਖਰਾਬ ਜਾਂ ਖਰਾਬ ਖੂਨ ਹੋ ਜਾਂਦਾ, ਜਾਂ ਫਿਰ ਸਾਡੇ ਅੰਗਾਂ ਜਿਹੜੀਆਂ ਨਾ ਬੋਡੀ ਦੇ ਅੰਗ ਆ ਉਹਨਾਂ ਨੂੰ ਆਕਸੀਜਨ ਜਿਹੜੀ ਹੁੰਦੀ ਨਾ ਉਹ ਘੱਟ ਪਹੁੰਚਦੀ ਆ। ਕਹਿਣ ਦਾ ਭਾਵ ਕਿ ਖੂਨ ਦੀ ਕਮੀ ਹੋ ਜਾਂਦੀ ਆ, ਆਪਾਂ ਮੇਨ ਮੁੱਦਾ ਇਹ ਵੀ ਖੂਨ ਦੀ ਕਮੀ ਹੋ ਜਾਂਦੀ। ਅਤੇ ਉਹਦੇ ਵਿੱਚ ਕੀ ਸੀਗਾ, ਉਹਦਾ ਬਣਦਾ ਵੀ ਨਹੀਂ ਪਿਆ ਸੀ ਮੁੰਡੇ ਦਾ, ਜੋ ਉਹਨੇ ਭਾਅ ਜੀ ਨੇ ਗੱਲ ਸੁਣਾਈ, ਅਤੇ ਬਣਦਾ ਵੀ ਨਹੀਂ ਪਿਆ ਸੀ ਬਾਬਾ ਜੀ। ਉਹ ਕਹਿੰਦੇ ਉਹਨਾਂ ਨੇ ਹੋਸਪਿਟਲ ਦਿਖਾਇਆ, ਫਿਰ ਫੋਟੀਜ਼ ਲੈ ਕੇ ਗਏ, ਇੱਥੇ ਮਾਮਿਆਂ 'ਤੇ ਰਹਿੰਦਾ ਸੀ ਕਹਿੰਦੇ ਆਪਣੇ, ਅਤੇ ਉਹਦਾ ਮੁੰਡੇ ਦਾ ਯਾਰ ਬੇਲੀ ਸੀ ਗਾਂ ਆਗੂ, ਉਹ ਰਹਿਣ ਵਾਲਾ ਮੈਨੂੰ ਨਹੀਂ ਪਤਾ ਮੋਹਾਲੀ ਦਾ ਸੀ, ਸ਼ਾਇਦ ਇਸ ਲਾਈਨ 'ਚ ਹੀ ਉਹਨੇ ਕਿਹਾ ਸੀ ਵੀ ਮੋਹਾਲੀ ਹੈ, ਕਿਉਂਕਿ ਗੱਲ ਬਹੁਤ ਪੁਰਾਣੀ ਹੈ ਜਦੋਂ ਗੱਲ ਹੋਈ। ਅਤੇ ਉਹ ਕਹਿੰਦੇ ਉੱਥੇ ਉਹਨਾਂ ਨੇ ਦਾਖਲ ਕਰਾ ਦਿੱਤਾ ਫੋਟੀਜ਼ ਮੋਹਾਲੀ, ਅਤੇ ਲੱਗਿਆ ਰਿਹਾ ਆਕਸੀਜਨ ਵਗੈਰਾ ਚੱਲਦਾ ਰਿਹਾ ਉਹਦਾ, ਉਹਨੂੰ ਅੱਗੇ ਬਲੱਡ ਵੀ ਜਿੱਦਾਂ ਚੜ੍ਹਦੇ ਰਹੇ, ਤਾਂ ਖਾਣਾ ਪੀਣਾ ਵੀ ਵਧੀਆ ਸੀ, ਪਰ ਪਤਾ ਨਹੀਂ ਕੀ ਕਾਰਨ ਸੀ ਕੀ ਨਹੀਂ ਸੀ, ਸੈਟਿੰਗ ਨਹੀਂ ਬੈਠਦੀ ਸੀ। ਅਤੇ ਕਹਿੰਦੇ ਉਹਦੇ ਪਿਤਾ ਜੀ ਨੂੰ ਵੀ ਬਾਹਰੋਂ ਆਉਣਾ ਪਿਆ। ਉਹਨਾਂ ਨੂੰ ਕਹਿੰਦੇ ਕਿ ਉੱਥੇ ਇੱਕ ਉਹਦਾ ਹੀ ਮੁੰਡੇ ਦਾ ਯਾਰ ਬੇਲੀ ਸੀ ਕਿ ਯਾਰ ਕਹਿੰਦਾ ਵੀ ਸਾਈਂ ਜੀ ਨੂੰ ਉਹ ਮੰਨਦੇ ਸੀਗੇ, ਉਹਨਾਂ ਨੇ ਉਹਨਾਂ ਦੇ ਫਾਦਰ ਨੂੰ ਕਿਹਾ ਵੀ ਮੈਂ ਇੱਦਾਂ ਵੀ ਦੇਖੋ ਤੁਹਾਨੂੰ, ਉਹ ਡਾਕਟਰ ਨੇ ਵੀ ਕਹਿ ਦਿੱਤਾ ਸੀਗਾ ਉੱਥੇ ਕਿ ਤੁਸੀਂ ਮਾਲਕ ਦਾ ਨਾਮ ਲਓ ਜੀ, ਹਾਂ ਮੈਨੂੰ ਮਾਲਕ ਦਾ ਨਾਮ ਲਓ, ਕਿਉਂਕਿ ਇਹ ਗੱਲ ਹੈਗੀ ਆ 2001 ਦੀ, ਉਹਨੇ ਕਿਹਾ ਸੀ ਵੀ ਇੱਕ ਦੀ ਗੱਲ 2001 ਦੀ ਗੱਲ ਆ, ਮੈਨੂੰ ਜਿਹੜੀ ਸੁਣਾਈ ਗਈ ਸੀ 2011 ਜਾਂ 12 ਦੇ ਵਿੱਚ ਉਹਨੇ ਇਹ ਗੱਲ ਕੀਤੀ ਸੀ। ਅਤੇ ਉਹ ਕਹਿੰਦੇ ਵੀ ਇੱਦਾਂ ਇੱਦਾਂ ਵੀ ਉਹਨੂੰ ਉਹਦੇ ਡਾਕਟਰ ਨੇ ਵੀ ਕਿਹਾ ਸੀ ਵੀ ਦਿੱਕਤ ਵੱਧ ਰਹੀ ਹੈ, ਕਿ ਤੁਸੀਂ ਮਾਲਕ ਦਾ ਨਾਮ ਲਓ, ਅਰਦਾਸ ਬੇਨਤੀ ਕਰੋ। ਚਲੋ ਜੀ, ਉਹ ਮੁੰਡਾ ਜਿਹੜਾ ਸੀ ਉਹ ਸਾਈਂ ਜੀ ਨੂੰ ਮੰਨਦਾ ਹੁੰਦਾ ਸੀ। ਉਹ ਕਹਿੰਦੇ ਉਹਨੇ ਦੱਸ ਪਾਈ ਵੀ ਤੁਸੀਂ ਨਾ ਸਾਈਂ ਜੀ ਦੇ ਕਰੀ ਬਾਬਾ ਜੀ ਦੇ ਮੱਥਾ ਟੇਕ ਕੇ ਆਉਣਾ, ਤਾਂ ਉਹ ਉਹਦੇ ਫਾਦਰ ਤਾਂ ਨਹੀਂ ਮੰਨੇ। ਕਹਿੰਦੇ ਉਹ ਮੁੰਡੇ ਨੂੰ ਕੁਦਰਤੀ ਪਤਾ ਨਹੀਂ ਕੀ ਹੋਇਆ, ਉਹ ਕਹਿਣ ਲੱਗਾ ਉੱਥੇ ਹੀ ਉੱਥੇ ਹੋਸਪਿਟਲ 'ਚ ਹੀ ਸੀਗਾ ਉਹ ਜਿਹੜਾ ਮੁੰਡਾ ਸੀ, ਉਹਨੇ ਦੱਸੀ ਕਹਿੰਦੇ ਵੀ ਉਹ ਕਹਿਣ ਲੱਗਾ ਵੀ ਸਾਨੂੰ ਬਾਬਿਆਂ ਦੇ ਮੈਂ ਜਾਣਾ, ਵੀ ਮੈਂ ਨਕੋਦਰ ਜਾਣਾ। ਚਲੋ ਜੀ, ਉਹ ਕਹਿਣ ਲੱਗੇ ਵੀ ਅਸੀਂ ਇੱਦਾਂ ਨਹੀਂ ਡਿਸਚਾਰਜ ਕਰ ਸਕਦੇ, ਉਹਨਾਂ ਨੇ ਕਹਿੰਦੇ ਲੈਟਰ ਲੂਟਰ ਜੋ ਵੀ ਲਿਖਾਈ ਆਪਣੀ, ਚਲੋ ਹੋਇਆ। ਅਤੇ ਇੱਦਾਂ ਹੀ ਕਹਿੰਦੇ ਮੁੰਡਾ ਗਿਆ, ਗੱਡੀ 'ਚ ਬਿਠਾਇਆ ਉਹਨਾਂ ਨੇ। ਕਹਿੰਦੇ ਸਾਈਂ ਜੀ ਬਾਬਾ ਲਾਡੀ ਸ਼ਾਹ ਸਰਕਾਰ ਕਹਿੰਦੇ ਉਹ ਬਾਹਰ ਖੜ੍ਹੇ ਹੋਏ ਸੀ, ਬਾਹਰ ਇੱਕ ਹੱਥ 'ਚ ਉਹਨਾਂ ਦੇ ਸੋਟੀ ਸੀ, ਕਹਿੰਦੇ ਇੱਕ ਹੱਥ 'ਚ ਬਾਟਾ ਸੀ, ਉਹ 'ਚ ਪਾਣੀ ਸੀ। ਕਹਿੰਦੇ ਸਾਈਂ ਜੀ ਨੇ ਗਾਲ ਕੱਢੀ, ਉਹ ਮਿੱਤਰ ਵੀ ਨਾਲ ਸੀ, ਕਹਿੰਦਾ ਉਸੇ ਦੀ ਗੱਲ ਦੱਸੀ ਵੀ ਕਹਿੰਦੇ ਸਾਈਂ ਜੀ ਨੇ ਪਹਿਲਾਂ ਗਾਲ ਕੱਢੀ ਕਿ ਤੇਰਾ ਇੰਤਜ਼ਾਰ ਕਰ ਰਹੇ ਹਾਂ ਲੱਪੀ। ਕਹਿੰਦੇ ਭਾਅ ਜੀ ਉਹ ਜਦੋਂ ਉਹਨਾਂ ਨੇ ਬਾਟੇ ਦਾ ਉਹ ਬਾਟੀ ਦੇ ਵਿੱਚ ਕਹਿੰਦੇ ਜਦੋਂ ਉਹਨਾਂ ਨੇ ਜਲ ਪਿਲਾਇਆ, ਉਸ ਤੋਂ ਬਾਅਦ ਉਹ ਕਹਿੰਦੇ ਵੀ ਅੰਦਰ ਨਹੀਂ ਜਾਣਾ, ਇੱਥੋਂ ਹੀ ਮੱਥਾ ਟੇਕੋ ਤਾਂ ਜਾਓ, ਵੀ ਸਾਈਂ ਜੀ ਕਹਿੰਦੇ ਇੱਥੋਂ ਹੀ ਮੱਥਾ ਟੇਕੋ ਬਾਬਾ ਮਹਾਰਾਜ ਸ਼ਾਹੀ ਨੂੰ ਅਤੇ ਜਾਓ ਵਾਪਸ ਜਾਓ ਹਸਪਤਾਲ।
ਚਲੋ ਜੀ ਉਹ ਕਹਿੰਦੇ ਮੁੰਡਾ ਹਸਪਤਾਲ ਆਪਾਂ ਲੈ ਗਏ। ਕਹਿੰਦੇ ਬਾਬਾ ਜੀ ਹਫ਼ਤੇ ਦੇ ਵਿੱਚ ਵਿੱਚ ਜਿਹੜੀਆਂ ਪ੍ਰੋਬਲਮ ਸੀਗੀਆਂ ਜੋ ਕੁਝ ਵੀ ਸੀ ਸਾਰਾ ਕੁਝ ਸੈਟਲ ਹੋਣਾ ਸ਼ੁਰੂ ਹੋ ਗਿਆ। ਅਤੇ ਕਹਿੰਦੇ ਤੀਜੇ ਹਫ਼ਤੇ ਇਹਨਾਂ ਨੇ ਸ਼ਾਇਦ ਡਿਸਚਾਰਜ ਹੋ ਗਏ ਸੀਗੇ ਉੱਥੋਂ, ਐਨ ਸਾਰਾ ਕੁਝ ਵਧੀਆ ਹੋ ਗਿਆ ਸੀਗਾ, ਸੈਟਲਮੈਂਟ ਵਧੀਆ। ਬਾਕੀ ਕਹਿੰਦੇ ਸੀ ਹੌਲੀ ਹੌਲੀ ਆਪੇ ਇੰਪਰੂਵਮੈਂਟ ਆਈ ਜਾਣੀ, ਡਾਕਟਰਸ ਨੇ ਵੀ ਕਹਿਤਾ ਵੀ ਬਹੁਤ ਵੀ ਇੰਪਰੂਵਮੈਂਟ ਆਉਣੀ ਸ਼ੁਰੂ ਹੋ ਗਈ ਹੈ। ਤਾਂ ਕਹਿੰਦੇ ਇਹਨਾਂ ਨੂੰ ਡਿਸਚਾਰਜ ਕਰਤਾ ਉਹਨਾਂ ਨੇ ਤੀਜੇ ਜਾਂ ਚੌਥੇ ਹਫ਼ਤੇ, ਉਹ ਕਹਿੰਦਾ ਸੀਗਾ। ਕਹਿੰਦੇ ਮੁੜ ਕੇ ਸਾਈਂ ਜੀ ਕੋਲ ਗਏ, ਉਹਨਾਂ ਦਾ ਪਰਿਵਾਰ ਵੀ ਆਇਆ, ਉਹਦੇ ਪਿਤਾ ਜੀ ਵੀ ਆਏ। ਕਹਿੰਦੇ ਸਾਈਂ ਜੀ ਬਾਬਾ ਮਹਾਰਾਜ ਸ਼ਾਹੀ ਨੂੰ ਉਹਨਾਂ ਨੇ ਮੱਥਾ ਟੇਕਿਆ। ਸਾਈਂ ਜੀ ਥੋੜ੍ਹੇ ਕਮਜ਼ੋਰ ਸੀ ਉਸ ਟਾਈਮ ਨਾ, ਥੋੜ੍ਹੇ ਸਿਹਤ ਦੇ ਠੀਕ ਨਹੀਂ ਸੀ, ਪਰ ਸਾਈਂ ਜੀ ਨੇ ਕੋਲ ਬੁਲਾ ਕੇ ਕਹਿੰਦੇ ਗੱਲ ਕੀਤੀ ਉਹਨਾਂ ਨਾਲ। ਅਤੇ ਕਹਿੰਦੇ ਸਾਈਂ ਜੀ ਕਹਿੰਦੇ ਕਈ ਵਾਰੀ ਦਵਾ ਜਿਹੜੀ ਹੁੰਦੀ ਆ ਉਹਨੂੰ ਕੰਮ 'ਚ ਲਿਆਉਣ ਵਾਸਤੇ ਦਵਾ ਦੀ ਲੋੜ ਪੈਂਦੀ ਕਾਕਾ। ਮਤਲਬ ਉਹ ਕਹਿੰਦੇ ਉਹਨਾਂ ਨੇ ਇੱਦਾਂ ਦੀ ਗੱਲ ਕੀਤੀ ਤਾਂ ਮੁੜ ਕੇ ਗਾਲ ਕੱਢੀ, ਕਹਿੰਦੇ ਜਾਓ। ਉਹ ਮੁੰਡਾ ਕਹਿੰਦੇ ਭਾਅ ਜੀ ਉਹਦਾ ਪੱਕਾ ਹੋਇਆ, ਉਹ ਕਹਿੰਦੇ ਉਹ ਮੁੰਡਾ ਉਹਦਾ ਪੱਕਾ ਹੋਇਆ, ਉਹ ਠੀਕ ਹੋਇਆ। ਕਹਿੰਦੇ ਉਹ ਬਾਹਰ ਆ ਹੁਣ, ਮੁੰਡਾ ਵੀ ਚਲਾ ਗਿਆ ਬਾਹਰ। ਪਰ ਕਹਿੰਦੇ ਮੇਲੇ ਦੇ ਮੇਲੇ ਉਸ ਟਾਈਮ ਦੀ ਗੱਲ ਦੱਸ ਰਿਹਾ ਜਦੋਂ ਉਹਨੇ ਮੈਨੂੰ ਗੱਲ ਸੁਣੀ, 10-11 ਦੀ ਗੱਲ ਆਏ, 2010-11 ਦੀ। ਕਹਿੰਦੇ ਉਹ ਸਾਈਂ ਜੀ ਦੇ ਆਉਂਦਾ ਸੀ ਮੇਲੇ ਦੇ ਮੇਲੇ, ਉਦੋਂ ਵੀ ਆਉਂਦਾ ਸੀ ਬਾਬਾ ਜੀ। ਅਤੇ ਜਿਹਨੂੰ ਜਾਣ ਬਖਸ਼ੀ ਹੋਵੇ, ਸਾਈਂ ਜੀ ਨੇ ਦੇਖੋ ਆਪਣੇ ਕੋਲ ਬੁਲਾਇਆ, ਆਪ ਬੁਲਾਇਆ। ਜੇ ਆਪਾਂ ਪੂਰੀ ਗੱਲ ਨੂੰ ਗੌਰ ਨਾਲ ਫਰਮਾਈਏ, ਸੁਣੀਏ, ਜਦੋਂ ਉਹਨੇ ਮੈਨੂੰ ਸੁਣਾਈ ਮੈਂ ਉਦੋਂ ਤਾਂ ਗੌਰ ਨਹੀਂ ਕੀਤਾ, ਪਰ ਜਦੋਂ ਹੁਣ ਮੈਂ ਸੁਣਾ ਰਿਹਾ ਮੈਨੂੰ ਉਦੋਂ ਗੌਰ ਮੈਂ ਕੀਤਾ ਕਿ ਯਾਰ ਇਹ ਤਾਂ ਸਾਈਂ ਜੀ ਨੇ ਉਹਨੂੰ ਬੁਲਾਇਆ। ਉਹਦੇ 'ਤੇ ਜਿਹੜੀ ਵੀ ਕੋਈ ਸੀਗਾ ਉਸਦੇ ਝੋਲੀ ਖੈਰ ਪੈਣੀ ਸੀ, ਦਾਤਾ ਜੀ ਨੇ ਹੁਕਮ ਲਾਇਆ ਸੀ ਸਾਈਂ ਜੀ ਨੂੰ, ਦਾਤਾ ਮਹਾਰਾਜ ਸ਼ਾਹ ਉਹਨਾਂ ਨੇ ਲਾਇਆ ਹੋਣਾ ਸਾਈਂ ਜੀ ਨੂੰ, ਸਾਈਂ ਜੀ ਨੇ ਅੱਗੇ ਉਹ ਆਪਣੀ ਮੌਜ ਦੇ ਮਾਲਕ ਆ, ਉਹਨਾਂ ਨੇ ਬੁਲਾਇਆ, ਤਾਂ ਹੀ ਆਹ ਹੋਇਆ, ਨਹੀਂ ਤਾਂ ਉੱਥਰ ਦਾ ਜਵਾਬ ਹੋ ਗਿਆ ਸੀ ਬਾਬਾ ਜੀ। ਸੋ ਇਸੇ ਲਈ ਕਿਹਾ ਜਾਂਦਾ ਕਿ ਜੋ ਬਾਤ ਦਵਾ ਸੇ ਬਣ ਨਾ ਸਕੇ ਵੋ ਬਾਤ ਦੁਆ ਸੇ ਹੋਤੀ ਹੈ। ਜਦ ਕਾਮਲ ਮਿਰਸ਼ਦ ਮਿਲਤਾ ਹੈ, ਜਦ ਕਾਮਲ ਮੁਰਸ਼ਦ ਮਿਲਤਾ ਹੈ, ਫਿਰ ਬਾਤ ਖੁਦਾ ਸੇ ਹੋਤੀ ਹੈ। ਔਰ ਇਹ ਵੀ ਉਹਨਾਂ ਦੀ ਮੌਜ ਸੀ, ਕਹਿੰਦੇ ਉਹਨਾਂ ਨੇ ਬਾਟੇ ਦਾ ਪਾਣੀ ਪਿਲਾਇਆ, ਸੋਟੀ ਫੜੀ, ਕਹਿੰਦੇ ਗਾਲਾਂ ਕੱਢੀਆਂ 2-4, ਕਹਿੰਦੇ ਜਾਓ ਦੌੜ ਜਾਓ ਵਾਪਸ ਚਲ ਜਾਓ। ਅਤੇ ਜਿਹੜੀ ਉਹ ਚੀਜ਼ ਵਾਰ ਵਾਰ ਮੈਡੀਸਨ ਚੱਲਣ 'ਤੇ ਨਹੀਂ ਪੂਰੀ ਪੈ ਰਹੀ ਸੀ, ਉਹ ਫਿਰ ਇੰਪਰੂਵਮੈਂਟ ਆਉਣੀ ਸ਼ੁਰੂ ਹੋ ਗਈ ਮੁੰਡੇ 'ਚ। ਸੋ ਐਸੇ ਖੇਡ, ਐਸੀਆਂ ਰਹਿਮਤਾਂ ਦਾਤਾ ਸਰਕਾਰਾਂ ਦੀਆਂ, ਸਾਈਂ ਲੋਕਾਂ ਦੀਆਂ ਜਦੋਂ ਸੁਣਦੇ ਹਾਂ, ਇੱਕ ਤਾਂ ਇਹ ਯਕੀਨ ਹੁੰਦਾ ਵੀ ਸਾਈਂ ਜੀ ਬਹੁਤ ਵੱਡੇ, ਵੀ ਦਾਤੇ ਸਾਡੇ ਬਹੁਤ ਵੱਡੇ, ਮਾਲਕ ਸਾਡੇ ਬਹੁਤ ਵੱਡੇ, ਅਤੇ ਉਹ ਰੱਬ ਕਿੱਡਾ ਮਿਹਰਬਾਨ, ਜੋ ਝੋਲੀਆਂ ਭਰੀ ਜਾਂਦਾ ਬਾਬਾ ਜੀ। ਸੋ ਸਾਈਂ ਜੀ ਦੀ ਮੌਜ ਆ, ਕਰਨਾ ਆਪ ਹੀ ਆ, ਕਹਿਣਾ ਦਾਤਾ ਜੀ ਭਲੀ ਕਰਨੀ ਹੈ। ਸੋ ਸਭ ਨੂੰ ਸਲਾਮ ਹੈ। ਗੱਲ ਸੁਣਾਈ ਹੋਈ ਜਿਹੜੀ ਆ ਬਹੁਤ ਪੁਰਾਣੀ ਹੈ, ਸੋ ਯਾਦ ਆਈ ਤੁਹਾਡੇ ਨਾਲ ਸਾਂਝੀ ਕੀਤੀ। ਜੇ ਕੋਈ ਗੱਲ ਸੁਣਾਉਂਦਿਆਂ ਗਲਤੀ ਹੋ ਗਈ ਹੋਵੇ ਤਾਂ ਮਾਫ਼ੀ ਦਾ ਹੱਕਦਾਰ ਹਾਂ। ਜੈ ਸਾਈਂ ਜੀ ਦੀ, ਜੈ ਬਾਬਾ ਮਹਾਰਾਜ ਸ਼ਾਹ ਬਲੀ ਜੀ, ਭੁੱਲਾਂ ਚੁੱਕਾਂ ਦੀ ਮਾਫ਼ੀ ਪਾਪੇ, ਸਭ ਨੂੰ ਸਲਾਮ।